ਕਰਦਾ ਹੈ ਮੈਨੂੰ ਗੱਡ ਖਾਨੇ ਥੱਲੇ ਉੱਤੋਂ ਛੱਡਾ ਲੈਂਦੀ ਹੈ ਕਿੱਦਾਂ ਤੇ ਅਮੀਰੀਆਂ ਬਦਲਦੀਆਂ ਹੱਥ ਪੈਰ ਅੱਧਾ ਮੁੱਲ ਲੈ ਲਿਆ ਬਗਾਨਾ ਸੀਗਾ ਸ਼ਹਿਰ ਵਿੱਚ ਜਿਹੜੀ ਸਰਵਜਨਕ ਸਥਾਨ ਹੈ ਉੱਥੇ ਆਪਣੇ ਟਰੈਕਟਰ ਦੇ ਜਿਹੜੇ ਸਟੰਟ ਮਾਰੇ ਆ ਉਹ ਸਟੰਟ ਮਾਰ ਕੇ ਇਹਦੀ ਆਪਣੀ ਜਾਨ ਵੀ ਖਤਰੇ ਵਿੱਚ ਸੀਗੀ ਤੇ ਕਿਸੇ ਹੋਰ ਦੀ ਜਾਨ ਵੀ ਖਤਰੇ ਵਿੱਚ ਸੀਗੀ ਪਬਲਿਕ ਦੀ ਇਹ ਜਾਂ ਤੇ ਆਪਣੀ ਜਾਨ ਗਵਾਉਂਦਾ ਤੇ ਜਾਂ ਕਿਸੇ ਹੋਰ ਨੂੰ ਥੱਲੇ ਲੈ ਕੇ ਮਾਰਦਾ ਇਸ ਕਰਕੇ ਇਹਦਾ ਆਪਾਂ ਜਿਹੜਾ ਚਲਾਨ ਕੀਤਾ ਹੁਸ਼ਿਆਰਪੁਰ ਦਾ ਜਿਹੜਾ ਫੂਡ ਸਟਰੀਟ ਏਰੀਆ ਇਹ ਬਹੁਤ ਵਧੀਆ ਏਰੀਆ ਔਰ ਰਸ਼ ਵਾਲਾ ਏਰੀਆ ਹੈ ਇਹਦੇ ਵਿੱਚ ਤੁਸੀਂ ਇਹ ਹਿਸਾਬ ਲਾ ਲਓ ਕਿ 2 ਸਾਲ ਦੇ ਬੱਚੇ ਤੋਂ ਲੈ ਕੇ ਤੇ 100 ਸਾਲ ਦੇ ਬਜ਼ੁਰਗ ਦਾ ਜਿਹੜਾ 100 ਸਾਲ ਦੀ ਏਜ ਦਾ ਜਿਹੜਾ ਬਜ਼ੁਰਗ ਹੈ ਉਹ ਵੀ ਆ ਕੇ ਇੱਥੇ ਆਨੰਦ ਮਾਣਦਾ ਤੇ ਉਹ ਇੰਨਾ ਰਸ਼ ਹੁੰਦਾ ਉਸ ਉੱਥੇ ਉਸ ਟਾਈਮ ਜਿਸ ਟਾਈਮ ਇਹਨੇ ਸਟੰਟ ਮਾਰੇ ਇਸ ਬੱਚੇ ਨੇ ਸਟੰਟ ਮਾਰ ਕੇ ਸਭ ਤੋਂ ਪਹਿਲਾਂ ਤਾਂ ਆਪਣੀ ਜਾਨ ਖਤਰੇ ਵਿੱਚ ਪਾਈ ਹੈ ਉਸ ਤੋਂ ਬਾਅਦ ਇਹ ਕਿਸੇ ਹੋਰ ਦੀ ਵੀ ਜਾਨ ਲੈ ਸਕਦਾ ਸੀ ਜਿੰਨੀ ਸਪੀਡ ਦੇ ਨਾਲ ਇਹ ਕਦੇ ਟਰੈਕਟਰ ਅੱਗੇ ਲੈ ਕੇ ਜਾਂਦਾ ਸੀ ਕਦੇ ਪਿੱਛੇ ਲੈ ਕੇ ਜਾਂਦਾ ਸੀ ਉਹ ਜਿਹੜੀ ਇਹ ਵੀਡੀਓ ਸੀਗੀ ਉਹ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਜਿਹੜੀ ਮੈਨੂੰ ਸਰਕਾਰੀ ਤੌਰ ਤੇ ਪਹੁੰਚੀ ਤੇ ਮੈਂ ਉਹਦੇ ਤੇ ਫਿਰ ਐਕਸ਼ਨ ਲਿਆ ਇਹਨਾਂ ਨੂੰ ਘਰੋਂ ਜਾ ਕੇ ਇਹਨਾਂ ਨੂੰ ਬੁਲਾ ਕੇ ਤੇ 7 ਗਿਣ ਦਾ ਜਿਹੜਾ ਚਲਾਨ ਸੀਗਾ ਉਹ ਠੋਕ ਕੇ ਕੀਤਾ ਤੇ ਗਾਂਹ ਵਾਸਤੇ ਇਹਨਾਂ ਨੂੰ ਹਦਾਇਤ ਕੀਤੀ ਹੈ ਵੀ ਅੱਗੇ ਤੋਂ ਆਪਣੇ ਬੱਚੇ ਨੂੰ ਸਮਝਾਓ ਵੀ ਇਹ ਜਿਹੜਾ ਇਹੋ ਜਿਹਾ ਕਿਹੜਾ ਸਟੰਟ ਹੈ ਇਹ ਨਾ ਮਾਰੇ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਪਤਾ ਹੈ ਕਿ ਮੋਟਰਸਾਈਕਲਾਂ ਦੇ ਉੱਪਰ ਸਟੰਟ ਮਾਰਨ ਨਾਲ ਕਈ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਔਰ ਉਸ ਪੇਰੈਂਟਸ ਨੂੰ ਪੁੱਛੋ ਉਹਨਾਂ ਦੇ ਕੀ ਬੀਤਦੀ ਹੈ ਜਿਹਨਾਂ ਦੇ ਬੱਚਿਆਂ ਦੀ ਇਹ ਸਟੰਟ ਤੇ ਮਾਰਨ ਕਰਕੇ ਮੌਤ ਹੋ ਚੁੱਕੀ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੇ ਸ਼ਹਿਰ ਦੇ ਵਿੱਚ ਕੋਈ ਇਹੋ ਜਿਹੀ ਜਿਹੜੀ ਕੋਈ ਹੈਗੀ ਘਟਨਾ ਨਾ ਵਾਪਰੇ ਜਿੱਦਾਂ ਆਪ ਜੀ ਨੂੰ ਪਤਾ ਹੈ ਕਿ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਜੀ ਮਾਨ ਪੰਜਾਬ ਜੀ ਨੇ ਵੀ ਇਸ ਜਿਹੜਾ ਹੈਗਾ ਸਟੰਟਾਂ ਦੇ ਉੱਪਰ ਸਕੰਜਾ ਜਿਹੜਾ ਕੱਸਿਆ ਤੇ ਉਹਦੀ ਤਰਜ਼ ਤੇ ਹੀ ਮਾਨਯੋਗ SSP ਸ਼੍ਰੀ ਹੁਸ਼ਿਆਰਪੁਰ ਸ਼੍ਰੀ ਸੁਰਿੰਦਰ ਲਾਂਬਾ ਜੀ ਨੇ ਵੀ ਸਕੰਜਾ ਕੱਸਤਾ ਕਿ ਸਾਡੇ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਮੋਟਰਸਾਈਕਲ ਦੇ ਉੱਪਰ ਜਾਂ ਟਰੈਕਟਰਾਂ ਦੇ ਉੱਪਰ ਸਟੰਟ ਮਾਰ ਕੇ ਜਿਹੜਾ ਆਪਣਾ ਜੀਵਨ ਜਾਂ ਕਿਸੇ ਹੋਰ ਦਾ ਜੀਵਨ ਖਤਰੇ ਵਿੱਚ ਨਹੀਂ ਪਾਏਗਾ ਅਸੀਂ ਉਹਨਾਂ ਨੂੰ ਸੱਦ ਕੇ ਜੋ ਚਲਾਨ ਬਣਦਾ ਦੇਣ ਨੂੰ ਕੀ ਹੈ ਅਸੀਂ ਇੱਥੇ ਪਰਚਾ ਵੀ ਦੇ ਸਕਦੇ 307 ਦਾ ਕਿ ਇਹਨੇ ਆਪਣੀ ਜਾਨ ਖਤਰੇ 'ਚ ਪਾਈ ਹੈ ਅਤੇ ਪਬਲਿਕ ਦੀ ਜਾਨ ਵੀ ਖਤਰੇ 'ਚ ਪਾਈ ਹੈ ਪਰ ਨਹੀਂ ਸਾਡਾ ਮਕਸਦ ਇਹ ਨਹੀਂ ਹੈ ਸਾਡਾ ਮਕਸਦ ਇਹ ਹੈ ਕਿ ਵੱਧ ਤੋਂ ਵੱਧ ਪਬਲਿਕ ਨੂੰ ਅਵੇਅਰਨੈਸ ਕੀਤਾ ਜਾਵੇ ਕਿ ਤਾਂ ਜੋ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਇਹ ਯੁਵਾ ਪੀੜ੍ਹੀ ਨਾ ਕਰੇ ਇਹ ਸਾਰਾ ਡਿਸਟ੍ਰਿਕਟ ਹੁਸ਼ਿਆਰਪੁਰ ਥਾਣਾ ਬੁੱਲੋਵਾਲ ਦੇ ਢਹਿ ਪਿੰਡ ਦਾ ਰਹਿਣ ਵਾਲਾ ਬੱਚਾ ਕੀ ਕਾਰਵਾਈ ਕੀਤੀ ਇਹ ਤੇ ਸਰ ਆਪਾਂ ਚਲਾਨ ਕੀਤਾ ਇਹਦਾ ਮੋਟਰ ਵਹੀਕਲ ਐਕਟ 2 ਦਾ ਚਲਾਨ ਬਣਦਾ ਸੀਗਾ ਉਹ ਕਰਤਾ ਮੌਕੇ ਤੇ ਜਿਹੜਾ ਟਰੈਕਟਰ ਸੀਗਾ ਉਹ ਅਸੀਂ ਬੰਦ ਕਰਤਾ ਸ਼ਹਿਰ ਵਿੱਚ ਜਿਹੜੀ ਸਰਵਜਨਕ ਸਥਾਨ ਹੈ ਉੱਥੇ ਆਪਣੇ ਟਰੈਕਟਰ ਦੇ ਜਿਹੜੇ ਸਟੰਟ ਮਾਰੇ ਆ ਉਹ ਸਟੰਟ ਮਾਰ ਕੇ ਇਹਦੀ ਆਪਣੀ ਜਾਨ ਵੀ ਖਤਰੇ ਵਿੱਚ ਸੀਗੀ ਤੇ ਕਿਸੇ ਹੋਰ ਦੀ ਜਾਨ ਵੀ ਖਤਰੇ ਵਿੱਚ ਸੀਗੀ ਪਬਲਿਕ ਦੀ ਇਹ ਜਾਂ ਤੇ ਆਪਣੀ ਜਾਨ ਗਵਾਉਂਦਾ ਤੇ ਜਾਂ ਕਿਸੇ ਹੋਰ ਨੂੰ ਥੱਲੇ ਲੈ ਕੇ ਮਾਰਦਾ ਇਸ ਕਰਕੇ ਇਹਦਾ ਆਪਾਂ ਜਿਹੜਾ ਚਲਾਨ ਕੀਤਾ ਹੁਸ਼ਿਆਰਪੁਰ ਦਾ ਜਿਹੜਾ ਫੂਡ ਸਟਰੀਟ ਏਰੀਆ ਇਹ ਬਹੁਤ ਵਧੀਆ ਏਰੀਆ ਔਰ ਰਸ਼ ਵਾਲਾ ਏਰੀਆ ਹੈ ਇਹਦੇ ਵਿੱਚ ਤੁਸੀਂ ਇਹ ਹਿਸਾਬ ਲਾ ਲਓ ਕਿ 2 ਸਾਲ ਦੇ ਬੱਚੇ ਤੋਂ ਲੈ ਕੇ ਤੇ 100 ਸਾਲ ਦੇ ਬਜ਼ੁਰਗ ਦਾ ਜਿਹੜਾ 100 ਸਾਲ ਦੀ ਏਜ ਦਾ ਜਿਹੜਾ ਬਜ਼ੁਰਗ ਹੈ ਉਹ ਵੀ ਆ ਕੇ ਇੱਥੇ ਆਨੰਦ ਮਾਣਦਾ ਤੇ ਉਹ ਇੰਨਾ ਰਸ਼ ਹੁੰਦਾ ਉਸ ਉੱਥੇ ਉਸ ਟਾਈਮ ਜਿਸ ਟਾਈਮ ਇਹਨੇ ਸਟੰਟ ਮਾਰੇ ਇਸ ਬੱਚੇ ਨੇ ਸਟੰਟ ਮਾਰ ਕੇ ਸਭ ਤੋਂ ਪਹਿਲਾਂ ਤਾਂ ਆਪਣੀ ਜਾਨ ਖਤਰੇ ਵਿੱਚ ਪਾਈ ਹੈ ਉਸ ਤੋਂ ਬਾਅਦ ਇਹ ਕਿਸੇ ਹੋਰ ਦੀ ਵੀ ਜਾਨ ਲੈ ਸਕਦਾ ਸੀ ਜਿੰਨੀ ਸਪੀਡ ਦੇ ਨਾਲ ਇਹ ਕਦੇ ਟਰੈਕਟਰ ਅੱਗੇ ਲੈ ਕੇ ਜਾਂਦਾ ਸੀ ਕਦੇ ਪਿੱਛੇ ਲੈ ਕੇ ਜਾਂਦਾ ਸੀ ਉਹ ਜਿਹੜੀ ਇਹ ਵੀਡੀਓ ਸੀਗੀ ਉਹ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਜਿਹੜੀ ਮੈਨੂੰ ਸਰਕਾਰੀ ਤੌਰ ਤੇ ਪਹੁੰਚੀ ਤੇ ਮੈਂ ਉਹਦੇ ਤੇ ਫਿਰ ਐਕਸ਼ਨ ਲਿਆ ਇਹਨਾਂ ਨੂੰ ਘਰੋਂ ਜਾ ਕੇ ਇਹਨਾਂ ਨੂੰ ਬੁਲਾ ਕੇ ਤੇ 7 ਗਿਣ ਦਾ ਜਿਹੜਾ ਚਲਾਨ ਸੀਗਾ ਉਹ ਠੋਕ ਕੇ ਕੀਤਾ ਤੇ ਗਾਂਹ ਵਾਸਤੇ ਇਹਨਾਂ ਨੂੰ ਹਦਾਇਤ ਕੀਤੀ ਹੈ ਵੀ ਅੱਗੇ ਤੋਂ ਆਪਣੇ ਬੱਚੇ ਨੂੰ ਸਮਝਾਓ
ਇਹ ਜਿਹੜਾ ਅਜਿਹਾ ਕਿਹੜਾ ਸਟੰਟ ਹੈ ਇਹ ਨਾ ਮਾਰੇ। ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਪਤਾ ਕਿ ਮੋਟਰਸਾਈਕਲ ਦੇ ਉੱਪਰ ਸਟੰਟ ਮਾਰਨ ਨਾਲ ਕਈ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਔਰ ਉਸ ਪੇਰੈਂਟਸ ਨੂੰ ਪੁੱਛੋ ਉਹਨਾਂ ਦੇ ਕੀ ਬੀਤਦੀ ਹੈ ਜਿਹਨਾਂ ਦੇ ਬੱਚਿਆਂ ਦੀ ਇਸ ਸਟੰਟ 'ਤੇ ਮਾਰਨ ਕਰਕੇ ਮੌਤ ਹੋ ਚੁੱਕੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਸ਼ਹਿਰ ਦੇ ਵਿੱਚ ਕੋਈ ਇਹੋ ਜਿਹੀ ਜਿਹੜੀ ਕੋਈ ਹੈਗੀ ਘਟਨਾ ਨਾ ਵਾਪਰੇ। ਜਿੱਦਾਂ ਆਪ ਜੀ ਨੂੰ ਪਤਾ ਹੈ ਕਿ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਜੀ ਮਾਨ ਪੰਜਾਬ ਜੀ ਨੇ ਵੀ ਇਸ ਜਿਹੜਾ ਹੈਗਾ ਸਟੰਟਾਂ ਦੇ ਉੱਪਰ ਸਿਕੰਜਾ ਜਿਹੜਾ ਕੱਸਿਆ, ਉਹਦੀ ਤਰਜ਼ 'ਤੇ ਹੀ ਮਾਨਯੋਗ ਐਸ ਐਸ ਪੀ ਸ਼੍ਰੀ ਹੁਸ਼ਿਆਰਪੁਰ ਐਸ ਐਸ ਪੀ ਹੁਸ਼ਿਆਰਪੁਰ ਸ਼੍ਰੀ ਸੁਰਿੰਦਰ ਲਾਂਬਾ ਜੀ ਨੇ ਵੀ ਸਿਕੰਜਾ ਕੱਸਤਾ ਕਿ ਸਾਡੇ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਮੋਟਰਸਾਈਕਲ ਦੇ ਉੱਪਰ ਜਾਂ ਟਰੈਕਟਰਾਂ ਦੇ ਉੱਪਰ ਸਟੰਟ ਮਾਰ ਕੇ ਜਿਹੜਾ ਆਪਣਾ ਜੀਵਨ ਜਾਂ ਕਿਸੇ ਹੋਰ ਦਾ ਜੀਵਨ ਖਤਰੇ ਵਿੱਚ ਨਹੀਂ ਪਾਏਗਾ। ਅਸੀਂ ਉਹਨਾਂ ਨੂੰ ਸੱਦ ਕੇ ਜੋ ਚਲਾਣ ਬਣਦਾ ਦੇਣ ਨੂੰ ਕੀ ਹੈ, ਅਸੀਂ ਇੱਥੇ ਪਰਚਾ ਵੀ ਦੇ ਸਕਦੇ 307 ਦਾ ਕਿ ਇਹਨੇ ਆਪਣੀ ਜਾਨ ਖਤਰੇ 'ਚ ਪਾਈ ਹੈ ਅਤੇ ਪਬਲਿਕ ਦੀ ਜਾਨ ਵੀ ਖਤਰੇ 'ਚ ਪਾਈ ਹੈ, ਪਰ ਨਹੀਂ, ਸਾਡਾ ਮਕਸਦ ਇਹ ਨਹੀਂ ਹੈ। ਸਾਡਾ ਮਕਸਦ ਇਹ ਹੈ ਕਿ ਵੱਧ ਤੋਂ ਵੱਧ ਪਬਲਿਕ ਨੂੰ ਅਵੇਅਰਨੈਸ ਕੀਤਾ ਜਾਵੇ ਕਿ ਤਾਂ ਜੋ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਇਹ ਯੁਵਾ ਪੀੜ੍ਹੀ ਨਾ ਕਰੇ। ਇਹ ਸਾਰਾ ਡਿਸਟ੍ਰਿਕਟ ਹੁਸ਼ਿਆਰਪੁਰ ਥਾਣਾ ਬੁੱਲੋਵਾਲ ਦੇ ਢਹਿਆ ਪਿੰਡ ਦਾ ਰਹਿਣ ਵਾਲਾ ਬੱਚਾ। ਕੀ ਕਾਰਵਾਈ ਕੀਤੀ? ਇਹ ਤਾਂ ਸਰ ਆਪਾਂ ਚਲਾਨ ਕੀਤਾ ਇਹਦਾ, ਮੋਟਰ ਵਹੀਕਲ ਐਕਟ 2 ਦਾ ਚਲਾਨ ਬਣਦਾ ਸੀਗਾ ਉਹ ਕਰਤਾ, ਮੌਕੇ 'ਤੇ ਜਿਹੜਾ ਟਰੈਕਟਰ ਸੀਗਾ ਉਹ ਅਸੀਂ ਬੰਦ ਕਰਤਾ।